ਠੀਕ ਹੈ ਦੋਸਤੋ, ਸੁਨ ਤਲਵਾਰ ਵਲੋਗਸ 'ਚ ਤੁਹਾਡਾ ਸਵਾਗਤ ਹੈ। ਸੋ ਅੱਜ ਤੁਹਾਡੇ ਨਾਲ ਮੈਂ ਸ਼ੇਅਰ ਕਰਾਂਗਾ ਕਿ ਹੁਣੇ ਹੁਣੇ ਇੱਕ ਨਿਊਜ਼ ਨਿਕਲ ਕੇ ਆਈ ਹੈ ਕਿ ਕੈਨੇਡਾ ਨੇ ਜਿਹੜੀ GIC ਅਕਾਊਂਟ ਜਿਹੜਾ ਉਹ 'ਚ $10,000 ਸਟੂਡੈਂਟ ਟ੍ਰਾਂਸਫਰ ਕਰਦੇ ਸੀ ਇੰਡੀਆ ਤੋਂ, ਅਤੇ ਉਹ ਉਹਨਾਂ ਨੇ ਕੈਨੇਡੀਅਨ ਗੌਰਮੈਂਟ ਨੇ $10,000 ਤੋਂ $20,000 'ਚ ਕਨਵਰਟ ਕਰਤੀ ਹੈ ਕਿ ਇਨਕਰੀਜ਼ ਕਰਤੀ ਹੈ ਕਿ ਡਬਲ ਕਰਤੀ ਹੈ GIC। ਸੋ ਇਹਦੇ ਬਾਰੇ ਮੈਂ ਇਨਫੋਰਮੇਸ਼ਨ ਦੇਵਾਂਗਾ ਤੁਹਾਨੂੰ ਅੱਜ। ਮੈਂ ਫਿਰ ਜਦੋਂ ਮੇਰੇ ਨੌਲੇਜ 'ਚ ਆ ਨਿਊਜ਼ ਆਈ ਕਿ ਕੈਨੇਡਾ ਨੇ GIC $10,000 ਤੋਂ $20,000 ਕਰਤੀ ਹੈ, ਸੋ ਮੈਂ ਨਾਲ ਹੀ ਕੈਨੇਡਾ ਦੀ ਵੈਬਸਾਈਟ ਜਿਹੜੀ ਹੈ cic.gc.ca, ਮੈਂ ਥੱਲੇ ਫਲੈਸ਼ ਹੋ ਰਹੀ ਜਿਹੜੀ, ਇਹ 'ਤੇ ਮੈਂ ਸਰਚ ਕੀਤਾ ਅਤੇ ਉੱਥੇ ਚੈੱਕ ਕੀਤਾ ਕਿ $20,000 ਹੋ ਗਈ ਹੈ ਫੀਸ GIC। ਸੋ ਜਦੋਂ ਮੈਂ ਚੈੱਕ ਕੀਤਾ ਉੱਥੇ ਕੋਈ ਚੇਂਜਸ ਨਹੀਂ ਹੋਇਆ ਸੀ, ਉੱਥੇ ਬਸ $10,000 ਹੀ ਸ਼ੋਅ ਹੋ ਰਿਹਾ ਸੀ। ਸੋ ਹਜੇ ਤੱਕ ਇਹ ਨਿਊਜ਼ ਹੀ ਇੱਕ ਨਿਕਲ ਕੇ ਆਈ ਆ, ਹਜੇ ਤੱਕ ਕੋਈ ਕਨਫਰਮੇਸ਼ਨ ਇਹਦੀ ਯਾਨੀ ਓਫੀਸ਼ੀਅਲ ਨਹੀਂ ਹੋਇਆ ਕਿ ਕਰਨਗੇ ਜਾਂ ਨਹੀਂ ਕਰਨਗੇ GIC ਜਿਹੜੀ ਡਬਲ ਹੈ $20,000। ਕੁਛ ਬੰਦੇ ਕਹਿ ਰਹੇ ਸੀ ਕਿ ਕੈਨੇਡਾ ਦੀ ਵੈਬਸਾਈਟ 'ਤੇ ਸ਼ੋਅ ਹੋ ਰਿਹਾ, ਸੋ ਮੈਂ ਵੈਬਸਾਈਟ ਚੈੱਕ ਕੀਤੀ, ਉੱਥੇ ਕੋਈ ਹਜੇ ਤੱਕ ਇਹੋ ਜਿਹਾ ਇਸ਼ੂ ਨਹੀਂ ਹੈ। ਪਰ ਹਜੇ ਤੱਕ ਕੈਨੇਡਾ 'ਚ ਜਿਸ ਹਿਸਾਬ ਨਾਲ ਸਟੂਡੈਂਟ ਜਾ ਰਹੇ ਆ, ਸੋ ਉੱਥੇ ਰੋਕ ਪਾਉਣ ਵਾਸਤੇ ਕੀ ਪਤਾ ਕਰ ਵੀ ਸਕਦੇ ਆ, ਉਹ ਟਿਊਸ਼ਨ ਫੀਸ ਵੀ ਇਨਕਰੀਜ਼ ਕਰ ਸਕਦੇ ਆ। ਪਹਿਲਾਂ ਇਹਨਾਂ ਦਾ ਰੂਲ ਤਾਂ ਇਹੀ ਹੈ ਨਾ ਕਿ ਆਲਸ 'ਚ ਤੁਹਾਡੇ ਬੈਂਡ ਚਾਹੀਦੇ ਆ, ਜਿੰਨੀ ਰਿਕੁਆਇਰਮੈਂਟ ਹੈ ਤੁਹਾਡੀ 1 ਸਾਲ ਦੀ ਟਿਊਸ਼ਨ ਫੀਸ ਚਾਹੀਦੀ ਹੈ। ਸੋ GIC ਤੁਹਾਡੇ ਅਕਾਊਂਟ 'ਚ $10,000 ਚਾਹੀਦਾ ਵਾ, ਅਤੇ ਤੁਹਾਨੂੰ ਵੀਜ਼ਾ ਈਜ਼ੀਲੀ ਮਿਲ ਜਾਣਾ। ਸ਼ਾਇਦ ਇਹਤੇ ਥੋੜ੍ਹਾ ਜਿਹਾ ਰੋਕ ਪਾਉਣ ਵਾਸਤੇ ਉਹ $20,000 ਕਰ ਸਕਦੇ ਆ GIC, ਅਤੇ ਟਿਊਸ਼ਨ ਫੀਸ ਵੀ ਇਨਕਰੀਜ਼ ਕਰ ਸਕਦੇ ਆ, ਬਟ ਹਜੇ ਤੱਕ ਇੱਦਾਂ ਦਾ ਕੋਈ ਰੋਲ ਨਹੀਂ ਹੈਗਾ। ਸੋ ਮੈਂ ਤੁਹਾਨੂੰ ਅੱਗੇ ਵੀ ਜਿਹੜੀ ਕੋਈ ਨੌਲੇਜ ਆਏਗੀ ਮੈਂ ਤੁਹਾਨੂੰ ਜ਼ਰੂਰ ਅੱਗੇ ਕੋਈ ਅਪਡੇਟ ਆਉਂਦੀ ਹੈ ਅਤੇ ਤੁਹਾਡੇ ਨਾਲ ਮੈਂ ਸ਼ੇਅਰ ਕਰਾਂਗਾ। ਮੇਰੇ ਨਾਲ ਟੱਚ 'ਤੇ ਰਹਿਣ ਲਈ ਪਲੀਜ਼ ਮੇਰਾ ਥੱਲੇ ਰੈੱਡ ਕਲਰ ਦਾ ਬੈਲ ਦਾ ਆਈਕਨ ਵੀ ਦੱਬ ਦਿਉ, ਔਰ ਮੈਨੂੰ ਸਬਸਕ੍ਰਾਈਬ ਕਰ ਲਓ ਮੇਰੇ ਚੈਨਲ ਨੂੰ। ਸੋ ਥੈਂਕ ਯੂ। ਜੇ ਮੇਰੀ ਇਨਫੋਰਮੇਸ਼ਨ ਵਧੀਆ ਲੱਗੇ ਤਾਂ ਪਲੀਜ਼ ਲਾਈਕ ਸਬਸਕ੍ਰਾਈਬ ਅਤੇ ਬੈਲ ਦਾ ਆਈਕਨ ਨੂੰ ਦੱਬੋ ਫੋਰ ਮੋਰ ਅਪਡੇਟਸ। ਥੈਂਕ ਯੂ। Thanks for watching. Please subscribe my channel and click on bell icon for more updates. Thank you.